ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਦਿੱਤੀ ਹੋਈ ਇੱਕ ਸਪੀਚ ਅੱਜ ਦੇ ਭਾਗ ਵਿੱਚ ਪਿਛਲੇ ਭਾਗ ਦਾ ਬਾਕੀ ਬਚਿਆ ਹਿੱਸਾ ਹੈ ਜਿਸ ਵਿੱਚ ਚਾਰ ਗੱਲਾਂ ਦੀ ਚਰਚਾ ਹੋ ਰਹੀ ਸੀ ਮੁਲਕ ਤੇ ਜਗਤ ਵਿੱਚ ਹਲਚਲ ਸਿੱਖ ਵਿਦਿਆ ਦੇ ਮੋٹے ਮੋਟੇ ਅੰਗ ਸਿੱਖ ਬੱਚਿਆਂ ਦੀ ਤ੍ਰੈਚੋਲਾ ਸਿੱਖ ਵਿਦਿਆ ਤੇ ਸੁਰਤ ਅਰਥਾਤ ਪਰਸਨੈਲਿਟੀ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਪੰਜਾਬੀ ਸਿੱਖ ਤਾਂ ਜੇ ਕਹੇ ਕਿ ਮੈਂ ਪੰਜਾਬ ਵਿੱਚ ਜਮਿਆ ਤਦ ਅਮਰੀਕਾ ਵਾਸੀ ਜੇ ਸਿੱਖ ਸਜੇ ਤਾਂ ਉਹ ਕੀ ਕਹੇਗਾ? ਸਿੱਖ ਦਾ ਜਨਮ ਤਾਂ ਗੁਰੂ ਦੇ ਸੱਚੇ ਮੰਤਰ ਵਿੱਚ ਹੋਇਆ। ਐਸੀ ਸਿੱਖ ਜੈਸੀ ਖੁਸ਼ਬੂ ਭਰੀ ਟਾਈਪ ਨੂੰ ਇੱਕ ਦੇਸ਼ੀ ਤੇ ਇੱਕ ਸਿਮਤੀ ਹੋਣ ਕਿਸ ਤਰ੍ਹਾਂ ਕਰ ਸਕਦੇ ਹਾਂ? ਕੀ ਸਿੱਖ ਸਤਗੁਰਾਂ ਦੀ ਬੁੱਧ ਸੰਕਲਪ ਦੀ ਸੱਚ ਮੂਰਤ ਨਹੀਂ ਕੀ ਬਾਣੀ ਸਾਡੀ ਮਾਂ ਨਹੀਂ ਕੀ ਅਸੀਂ ਬਿਨਾ ਬਾਣੀ ਦੇ ਦੁੱਧ ਪੀਤੇ ਸਿੱਖ ਰੂਪ ਵਿੱਚ ਜੀ ਸਕਦੇ ਹਾਂ ਦੱਸੋ ਨਾ ਕਿ ਸਿੱਖ ਰੋਹਾਨੀ ਨਮੂਨਾ ਨਹੀਂ ਕੀ ਗੁਰੂ ਦਾ ਅੰਮ੍ਰਿਤ ਸਾਡਾ ਜਾਨ ਦਾਤਾ ਨਹੀਂ ਦੱਸੋ ਨਾ ਤੁਸੀਂ ਮੈਨੂੰ ਦੱਸੋ ਸਿੱਖ ਕਿੱਥੇ ਜਾ ਆਰਾਮ ਕਰੇਗਾ ਸਿੱਖਾਂ ਦੀ ਮੰਜ਼ਲ ਕਿੱਥੇ ਹੈ ਜਿੱਥੇ ਸਾਡੇ ਦਸੇ ਸਤਗੁਰਾਂ ਦਾ ਅੱਜਕੱਲ ਇਸ ਵੇਲੇ ਵੀ ਦਰਬਾਰ ਚਮਕ ਰਿਹਾ ਹੈ ਉਹ ਅਬچل نگر ਜਿੱਥੇ ਰਾਰਾ ਰੰਗੋ ਯਾ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇਰੇ ਦਰਗੇ ਕਹਿ ਨੋ ਕੋ ਆਉ ਬੈਠਾ ਦਰਸਬ ਦੇਉ ਉਹਾ ਮਹਿਲ ਪਾਵੇ ਤੂੰ ਬਾਸਾ ਜਨਮ ਮਰਨ ਨੇ ਹੋਏ ਬినాਸਾ ਮਸਤ ਕਰਮ ਲਿਖਿਓ ਤਰਜਾਂ ਕਹਿ ਹਰਸਮ ਪੈ ਨਾਨਕ ਕਰ ਤਾਂ ਕੇ कि वो दरगाह बाबे वाली साड़ी मंजिल मकसूद निरंकारी तकाली नहीं है उनु छड किथे तंबू से ने हन, थां किथे है वेदा मैटाफिजिक्स एकता वाली फिलसफा तीतीस करोड़ों को एक एक कर चुका सी बुद्ध जी ने मनुख्यों को कीता आर्ट डिवेलपमेंट ਕੋਮਲ ਉਨਰਾਂ ਦੀ ਉਨਤੀ এਸ਼ੀਆ ਸਾਰੇ ਵਿੱਚ ਉਸ ਪ੍ਰਭਾਵ ਵਿੱਚ ਬਿਆਨ ਹੋਈ ਸਾਰਾ এਸ਼ੀਆ ਅਕੇਹ ਅਗੋਚਰ ਨਿਰਮਾਨਿਕ ਰਸ ਸਤ ਗੁਣ ਵਿੱਚ ਗੂੜਾ ਰੰਗਿਆ ਗਿਆ ਤੇ ਉਹ ਬੁੱਧ ਜੀ ਦੀ ਉਨਰੀ ਕੀਰਤੀ ਸਭਿਅਤਾ ਸਾਡੀ ਸਭਿਅਤਾ ਦੇ ਟਾਕਰੇ ਕਰਦੀ ਤੇ ਉਹਨੂੰ ਪਿੱਛੇ ਸੜਦੀ ਹੋਈ ਈਸਾਈ ਤੇ ਮੁਸਲਮਾਨ ਰੰਗਾਂ ਵਿੱਚ ਲੰਘਦੀ ਪੰਜਾਬ ਵਿੱਚ ਮੁਕੰਮਲ ਸਿੱਖ ਦੇ ਰਸਕ ਬੈਰਾਗ ਰੰਗ ਵਿੱਚ ਸਭ ਤੋਂ ਵੱਡੇ ਸਭ ਤੋਂ ਉੱਚੇ ਪੁਰਖ ਰਸਕ ਬੈਰਾਗੀ ਦੇ ਅਥਾਹ ਅਸਗਾਹ ਪਿਆਰ ਤੇ ਨਿਰੋਲ ਪਿਆਰ ਦੀ ਸੂਰਤ ਦੇ ਆਸਰੇ ਅੰਦਰੋਂ ਪ੍ਰਗਟ ਹੋਈ ਉਹ ਮਹਾਨ ਵਿਰਸਾ ਸਤਗੁਰੂ ਆਪਣੇ ਆਪ ਵਿੱਚ ਨਿਮਾਣਿਆ ਪਾਸ ਛੋੜ ਗਏ ਹਨ ਔਰ ਉਹ ਅਸਾਂ ਆਪਣੇ ਆਪ ਵਿੱਚ ਇਹ ਉਸ ਆਦਰਸ਼ ਦੀ ਮੂਰਤ ਜਈ ਘੜ ਕੇ ਘਰ ਘਰ ਸਥਾਪਨ ਕਰਨੀ ਹੈ ਅਸਾਂ ਉਪਦੇਸ਼ ਕਰਕੇ ਤੇ ਲੋਕਾਂ ਨੂੰ ਮੁਸਲਮਾਨ ਬਣ ਕੇ ਨਹੀਂ ਕਰਨਾ ਅਸਾਂ ਤਾਂ ਗਠ ਆਪ ਸਿੱਖ ਬਣ ਕੇ ਚੁੱਪ ਅਸਰਾਂ ਵਾਲੀ ਗੰਭੀਰ ਸਜੈਸ਼ਨ ਯਾਨੀ ਅਸਰ ਪਾਣ ਵਾਲੀ ਅਦਭੁਤ ਯਾਨੀ ਆਰਟਿਸਟਿਕ ਗੁਣਾ ਵਾਲੀ ਰਸੀਲੀ ਲਿਰিক্যাল ਪਰਸਨੈਲਿਟੀ ਸ਼ਬਦ ਗਾਮ ਦੀ ਸੁਰ ਦੁਆਰਾ ਇਕ ਪ੍ਰਭਾਵ ਜੈ ਹੋ ਕੇ ਛਾਉਣਾ ਹੈ ਅਸਾਂ ਆਪਣਾ ਨਾਮ ਨਹੀਂ ਰਖਣਾ ਅਸਾਂ ਜਗਤ ਨਹੀਂ ਵਧਾਣਾ ਅਸਾਂ ਤਾਂ ਸ਼ਬਦ ਦੇ ਕੀਰਤਨ ਅਸਰ ਨੂੰ ਵਿਸਤ੍ਰਿਤ ਕਰਨਾ ਹੈ ਇਸ ਗੁਰਦੀ ਸੇਵਾ ਖਾਤਰ ਉਹਨਾਂ ਦੇ ਹੁਕਮ ਪਾਲਣ ਮਾਤਰ ਅਸੀਂ ਦੁਨੀਆ ਦੇ ਕੁੱਲ ਰਿਸ਼ਤੇ ਆ ਤੇ ਰਿਸ਼ਤੇਦਾਰੀਆਂ ਤੇ ਭਾਈਚਾਰੀਆਂ ਥੀ ਇਲਾਈ ਖੁਸ਼ੀ ਵਿੱਚ ਆਏ ਪਿਆਰ ਮਹਿਤ ਕਰ ਚੁੱਕੇ ਹਾਂ ਜਦ ਇਉਂ ਹੈ ਤਦ ਸਿੱਖ ਕੌਮ ਦਾ ਆਪਣਾ ਇੱਕ ਖਾਸ ਐਟਮੋਸਫੇਅਰ ਪ੍ਰਭਾਵ ਹੈ ਉਸ ਕਲਾਈਮੇਟ ਨੇ ਖਾਸ ਮੌਸਮ ਬਿਨਾ ਟੈਂਪਰੇਚਰ ਉਸ ਖਾਸ ਜਿਸਮ ਦੀ ਤਪਤ ਬਿਨਾ ਉਸ ਇਲਾਹੀ ਹਵਾ ਜਲ ਬਿਨਾ ਖਾਲਸਾ ਜੀ ਨਹੀਂ ਸਕਦਾ ਦਿਉਦਾਰ ਪਾਵੇਂ ਵਸਨੀ ਖਨ ਵੱਡੇ ਹਿੰਦੁਸਤਾਨ ਦੇ ਹੀ ਪਰ ਉਹ ਹਿਮਾਲੇ ਦੀਆਂ ਬਰਫਾਂ ਛੋੜ ਥੱਲਾਂ ਦੇ ਮਾਰੂ ਬਿਕਾਨੇਰ ਥੀ ਜੀ ਨਹੀਂ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੰਡੇ ਏਡ ਦੀ ਛਾਂ ਗੁਰਬਾਣੀ ਦੀ ਬਰਫਾਨੀ ਠੰਡ ਨਾਮ ਦਾ ਇਲਾਹੀ ਸਿਆਲ ਸ੍ਰੀ ਅਮਰਤ ਸਰੋਵਰ ਜੀ ਦਾ ਉੱਚਾ ਪਰਬਤੀ ਸਤੋ ਗੁਣੀ ਰਸ ਇਹ ਹੱਥਾਂ થી ਵਗਦੀ ਪਿਆਰ ਮਜ਼ਦੂਰੀ ਦਾ ਰਸ ਅਰ ਪੈਰਾਂ ਵਿੱਚ ਚਲਦਾ ਗੁਰੂ ਘਰ ਨੂੰ ਪਹੁੰਚ ਉੱਚੇ ਦਰਸ਼ਨ ਦੀ ਤਾੰਗ ਦਾ ਰਸ ਇਹ ਉਹ ਛਤਰ ਛਾਇਆ ਹੈ ਇਹ ਉਹ ਸਾਡਾ ਪਿਆਰ ਗगन ਹੈ ਜਿਸ ਦੀ ਛਾਇਆ ਬਿਨ ਸਿੱਖ ਕੌਮਤੀ ਆਈ ਮੱਛੀ ਵਾਂਗ ਮਰ ਜਾਏਗੀ ਇਸ ਤਤੀ ਦੁਨੀਆ ਵਿੱਚ ਕਿਸੇ ਤਰ੍ਹਾਂ ਠੰਡੇ ਰਹਿਣਾ ਇਹ ਸਾਡੀ ਪ੍ਰੇਮ ਮਜ਼ਦੂਰੀ ਦਾ ਦਿਨ ਰਾਤ ਦਾ ਅਟੁੱਟ ਯਤਨ ਹੈ ਰੱਬ ਨੂੰ ਦੋਹਾਂ ਬਾਹਾਂ ਨਹੀਂ ਲੱਖਾਂ ਬਾਹਾਂ ਨਾਲ ਸਿਮੇਟ ਸਿਮੇਟ ਅੰਦਰ ਪਾਣਾ ਇਹ ਸਾਡੀ ਧਨ ਕਮਾਣਾ ਹੈ ਉਹ ਪਰਸਨਲ ਐਟਮੋਸਫੇਅਰ ਯਾਨੀ ਸ਼ਖਸੀ ਸੁਰਤੀ ਪ੍ਰਭਾਵ ਪਿਆਰ ਜਿਹੜਾ ਗੁਰਾਂ ਵੇਲੇ ਸੀ ਸਾਡੇ ਨੇੜੇ ਤੇੜੇ ਹੋਏ ਆਉ ਠੰਡ ਪਾਵੇ ਜੀਦਾਨ ਦੇਵੇ ਸਦਕੇ ਆਵੇ ਅਰਦਾਸ ਵਿੱਚ ਆਵੇ ਅਭਿਆਸ ਵਿੱਚ ਆਏ ਨਾਮ ਵਿੱਚ ਆਵੇ ਇਸ਼ਨਾਨ ਵਿੱਚ ਆਵੇ দান ਵਿੱਚ ਆਵੇ ਆਵੇ ਕੰਮ ਵਿੱਚ ਆਵੇ ਮੈਂ ਤਰਖਾਨ ਹੋਸਾਂ ਮਜ਼ਦੂਰੀ ਵਿੱਚ ਆਵੇ ਮੈਂ ਚਿਤਰਕਾਰ ਬਣਸਾਂ ਕਣਕਾ ਬੀਜਣ ਵਿੱਚ ਆਵੇ ਆਵੇ ਬਾਬਾ ਜੀ ਮੈਂ ਹਲਵਾਉਣ ਵਾਲਾ ਤੇਰਾ ਕਾਸ਼ਤਕਾਰ ਹੋਂ ਸੁਭਾਗ ਆਵੇ ਸਈ ਇਸ ਵਾਸਤੇ ਸਿੱਖ ਵਿਦਿਆ ਦੇ ਸਵਾਲ ਦਾ ਬਹਲਾ ਹਿੱਸਾ ਸਾਡਾ ਆਪਣਾ ਸਿੱਖ ਹਿੱਸਾ ਹੈ ਇਸ ਵਿਦਿਆ ਵਿੱਚ ਇਨਸਪੀਰੇਸ਼ਨ ਯਾਨੀ ਆਵੇਸ਼ ਰੱਬੀ ਲੈਣ ਤੇ ਰੱਖਣ ਦੇ ਸਮਾਨਾਂ ਦੀ ਬਾਲੀ ਲੋੜ ਹੈ ਇਹ ਆਰਟਿਸਟਿਕ ਯਾਨੀ ਉਨਰੀ ਅੰਦਰੋਂ ਆਈ ਰਸਕ ਬੈਰਾਗ ਸਭਿਅਤਾ ਨੂੰ ਪਾਲਣ ਲਈ ਸਿੱਖ ਵਿਦਿਆ ਨੂੰ ਸਿੱਖ ਐਟਮੋਸਫੇਅਰ ਯਾਨੀ ਪ੍ਰਭਾਵ ਦੀ ਲੋੜ ਹੈ ਇਹ ਅਸੀਂ ਹੋਰ ਕਿਸੇ ਨਾਲ ਸਾਂਝਾ ਕਰ ਨਹੀਂ ਸਕਦੇ ਜੋ ਸਾਡੇ ਨਾਲ ਸਾਂਝ ਕਰਨ ਆਵੇ ਉਹ ਜਿਹਾ ਆਇਆ ਨੂੰ ਇਹ ਕੌਮ ਜਿਸ ਦੀ ਡੈਸਟੀਨੀ ਇਹ ਭਵਿੱਖਤਾ ਹੈ ਕਿ ਉਹ ਕੁੱਲ ਆਦਮੀ ਮਾਤਰ ਦੀ ਇੱਕ ਬਰਾਦਰੀ ਨਾਮ ਦਾਨ ਇਸ਼ਨਾਨ ਨਾਲ ਇੱਕ ਮੁਲਕ ਇੱਕ ਘਰ ਇੱਕ ਪਿਆਰ ਪੈਦਾ ਕਰੇ ਉਸ ਲਈ ਆਤਮ ਕੇ ਕਾਨ ਦੀ ਲੋੜ ਪਹਿਲੀ ਤੇ ਨਹੀਂ ਹੀ ਲੋੜ ਹੈ ਜਿਸ ਪਹਿਲੀ ਤੇ ਅਸਲੀ ਗੱਲ ਵਿੱਚ ਅਸੀਂ ਕੰਪਰੋਮਾਈਜ਼ ਸਮਝੋਤਾ ਜੇ ਕਰਾਂਗੇ ਤਦ ਅਫੀਮ ਖਾ ਕੇ ਲੜਾਈ ਚੜਨ ਵਾਲੀ ਗੱਲ ਹੈ ਫਿਰ ਦੁਹਰਾ ਦਈਏ ਇਹ ਕੌਮ ਜਿਸ ਦੀ ਡੈਸਟਨੀ ਇਹ ਭਵਿੱਖਤ ਹੈ ਕਿ ਉਹ ਕੁੱਲ ਆਦਮੀ ਮਾਤਰ ਦੀ ਇੱਕ ਬਰਾਦਰੀ ਨਾਮ ਦਾਨ ਇਸ਼ਨਾਨ ਨਾਲ ਇੱਕ ਮੁਲਕ ਇੱਕ ਘਰ ਇੱਕ ਪਿਆਰ ਪੈਦਾ ਕਰੇ ਉਸ ਲਈ ਆਤਮਕ ਇਕਾਨ ਦੀ ਲੋੜ ਪਹਿਲੀ ਤੇ ਨਹੀਂ ਲੋੜ ਹੈ ਜਿਸ ਪਹਿਲੀ ਤੇ ਅਸਲੀ ਗੱਲ ਵਿੱਚ ਅਸੀਂ ਕੰਪਰੋਮਾਈਜ਼ ਸਮਝੋਤਾ ਜਿਆ ਕਰਾਂਗੇ ਤਦ ਅਫੀਮ ਖਾ ਕੇ ਲੜਾਈ ਚੜਨ ਵਾਲੀ ਗੱਲ ਹੈ ਮੱਛੀ ਕਿੰਜ ਜੀ ਸੀ ਬਿਨ ਪਾਣੀ ਹੈ ਸਾਡੀ ਕੌਮ ਦੀ ਇਹ ਲੋੜ ਇੰਨੀ ਜ਼ਰੂਰੀ ਵਾਈਟਲ ਹੈ ਕਿ ਇਸ ਪਰ ਕਿਆ ਸਾਡੀ ਵਿਦਿਆ ਤੇ ਕਿਆ ਸਾਡੇ ਰਾਜਸੀ ਮਾਮਲੇ ਵਿੱਚ ਸਭ ਕੌਮੀ ਤੇ ਸਾਂਝੇ ਕੌਮਾਂ ਵਿੱਚ ਸਾਨੂੰ ਸਾਰਿਆਂ ਨੂੰ ਪਹਿਰਾ ਦੇਣਾ ਜ਼ਰੂਰੀ ਹੈ ਜੇ ਆਖੋ ਕਿ ਹਿੰਦੁਸਤਾਨ ਤੇ ਦੁਨੀਆ ਵਿੱਚ ਤਾਂ ਮੇਲ ਯਾਨੀ ਯੂਨਿਟੀ ਤੇ ਇਕਤਾ ਤੇ ਕੌਮियत ਸਾਰੇ ਹਿੰਦੁਸਤਾਨ ਦੀ ਇਕ ਹੋਣ ਦਾ ਯਤਨ ਹੈ ਤੇ ਮੈਂ ਇਹ ਵਖਰਾਪਨ ਸਪਿਰਚੁਅਲ ਆਈਸੋਲੇਸ਼ਨ ਇਹ ਆਤਮਿਕ ਵਖਰਾਪਨ ਕਿਉਂ ਦਿਸ ਰਿਹਾ ਹਾਂ ਹਿੰਦੁਸਤਾਨ ਕੀ ਮੈਂ ਤਾਂ ਦਸ ਆਇਆ ਹਾਂ ਏਸ਼ੀਆ ਸਾਰਾ ਇੱਕ ਕੌਮ ਹੈ ਤੇ ਏਸ਼ੀਆ ਦੀਆਂ ਕੌਮਾਂ ਦੀ ਨੂਹਾਰ ਰੂਪ ਰੰਗ ਹੁਨਰ ਮਜ਼ਦੂਰੀ ਇਕ ਹੈ ਪਰ ਇਕਤਾ ਇਕਤਾ ਕਹਿਣ ਮਾਤਰ ਹੈ ਅਮਲੀ ਜੀਵਨ ਵੱਖ-ਵੱਖ ਹੈ ਆਕਾਸ਼ ਸਾਡੇ ਸਾਰਿਆਂ ਦੇ ਸਿਰ ਤੇ ਇੱਕ ਹੈ ਪਰ ਘਰਾਂ ਦੇ ਛੱਤ ਆਪਣੇ ਆਪਣੇ ਇਸ ਲਈ ਇਸੀ ਨੁਕਤੇ ਖਿਆਲ થી ਮੈਂ ਆਪਦੇ ਸਾਹਮਣੇ ਚੰਨ ਖੁੱਲੇ-ਖੁੱਲੇ ਪਰ ਅਮਲੀ ਜ਼ਿੰਦਗੀ ਦੇ ਜਿੰਦੇ ਵਾਕਿਆਤ ਯਾਨੀ ਫੈਕਟਸ ਰੱਖਣਾ ਚਾਹੁੰਦਾ ਹਾਂ ਹਰ ਇੱਕ ਕੌਮ ਦੀ ਕੀ ਅੰਗਰੇਜ਼ ਤੇ ਕੀ ਜਰਮਨ ਇਹ ਕੌਮਿਆਤ ਇੱਕ ਆਪਟੀਕਲ ਇਲੂਜ਼ਨ ਹੀ ਹੁੰਦਾ ਹੈ ਅੱਖਾਂ ਨੂੰ ਧੋਖਾ ਜਿਹਾ ਹੀ ਹੁੰਦਾ ਹੈ ਹਾਂ ਇਸ ਇਲੂਜਨ ਭੁਲੇਖੇ ਨਾਲ ਇੱਕ ਗੱਲ ਜਿਹੀ ਵੱਜ ਜਾਂਦੀ ਹੈ ਤੇ ਖਾਸ ਖਾਸ ਕੌਮਾਂ ਤੇ ਲੋੜਾਂ ਲਈ ਲੋਕੀ ਥੋੜੇ ਚਿਰਾਂ ਲਈ ਖਾਸ ਖਾਸ ਵੇਲੇ ਇਕੱਠੇ ਹੋ ਬਹਿੰਦੇ ਹਨ ਹਿੰਦੁਸਤਾਨ ਵਿੱਚ ਜਿਵੇਂ ਮੈਂ ਅੱਗੇ ਟੈਕਨੀਕਲ ਐਜੂਕੇਸ਼ਨ ਕਾਰੀਗਰੀ ਦੀ ਵਿਧੀ ਦੀ ਸਰਖੀ ਇੱਥੇ ਵਿਸਤਾਰ ਨਾਲ ਦੱਸਾਂਗਾ ਕੌਮਾਂ ਤੇ ਬਰਾਦਰੀਆਂ ਅਨੇਕਾਂ ਹਨ ਇਹ ਕੋੜਾ ਸੱਚ ਤਾਂ ਹੈ ਮুলਕੀ ਹੱਦਾਂ ਪਾਣਾ ਜੀਓਗ੍ਰਾਫੀਕਲ ਲਿਮਿਟਸ ਸਦਾ ਆਦਮੀ ਨੂੰ ਵਕ ਕਰ ਰੱਖਦੀਆਂ ਹਨ ਇੰਨਾ ਵੱਡਾ ਮੁਲਕ ਖਾਸ ਖਾਸ ਵਿਲੀਅਨ ਨੂੰ ਛੱਡ ਇਕੱਠਾ ਚਿਰ ਕਾਲ ਲਈ ਹੋਣਾ ਇੱਕ ਸੁਪਨਾ ਜਿਹਾ ਹੈ ਜਿਹੜਾ 50 ਸਾਲ થી ਅੰਗਰੇਜ਼ੀ ਪੜੇ ਦਿਮਾਗ ਵਿੱਚ ਆਇਆ ਅੰਗਰੇਜ਼ੀ ਲਿਟਰੇਚਰ ਨੇ ਪਾਣੀ ਦੇ ਦੇ ਸਿੰਚਿਆ ਪਰ ਹਾਲੇ ਤੱਕ ਕੋਈ ਐਸੇ ਨਿਸ਼ਾਨ ਨਹੀਂ ਦਿਸਦੇ ਕਿ ਹਿੰਦੂ ਆਪਣਾ ਹਿੰਦੂ ਪਨਾ ਮੁਸਲਮਾਨ ਆਪਣਾ ਮੁਸਲਮਾਨ ਹੋਣਾ ਪਾਰਸੀ ਆਪਣਾ ਪਾਰਸੀ ਪਨਾ ਤੇ ਮਰਹਟੇ ਆਪਣਾ ਮਰਹਟਾ ਪਨਾ ਤੇ ਬੰਗਾਲੀ ਆਪਣੀ ਬੰਗਾਲੀਅਤ ਛੱਡ ਕੇ ਇੱਕ ਰੰਗੀ ਕੌਮ ਹੋਣ ਦੀ ਗਰਜ਼ ਨਾਲ ਮਿਲ ਜੁਲ ਜਾਣਗੇ ਔਰ ਉਹਨਾਂ ਦੇ ਅੰਦਰ ਦਾ ਕੇਂਦਰ ਉਹ ਏਸ਼ੀਆਈ ਕੇਂਦਰ ਹਿਲ ਜਾਏਗਾ ਤੇ ਕਦੀ ਕੌਮੀਅਤ ਦੇ ਅੱਖਾਂ ਦੀ ਭੁੱਲ ਜਈ ਲਈ ਜਾਪਾਨ ਵਾਂਗੂ ਸਾਰਾ ਹਿੰਦੁਸਤਾਨ ਇੱਕ ਹੋ ਜਾਏਗਾ ਜਦ ਤੱਕ ਵੱਖਰੇ ਫਿਰਕੇ ਦਲ ਹਨ ਤੇ ਸੰਪਰਦਾ ਤੇ ਉਹਨਾਂ ਦੇ ਜਿੰਦੇ ਸੋਮੇ ਸੋਰਸ ਆਫ ਇਨਸਪੀਰੇਸ਼ਨ ਵਖ ਖਾਂਤੇ ਉਹਨਾਂ ਨੂੰ ਰੱਖਣਾ ਵੱਖਰਾ ਹਰ ਇੱਕ ਆਪਣਾ ਪਰਮ ਧਰਮ ਸਮਝ ਰਿਹਾ ਹੈ ਤਦ ਤੱਕ ਇੱਕ ਕੌਮੀਅਤ ਦਾ ਭੁਲੇਖਾ ਇੱਕ ਰੁਪਇਆ ਵਰਗਾ ਸੱਚਾ ਭੁਲੇਖਾ ਬਣ ਕੇ ਚਾਲੂ ਨਹੀਂ ਹੋ ਸਕਦਾ ਇਹ ਇੱਕ ਕੌਮੀਅਤ ਦਾ ਖਿਆਲ ਤੇ ਆਦਰਸ਼ ਇਸ ਮੁਲਕ ਦੇ ਮੈਦਾਨ ਦੇ فاਸਲੇ ਹੀ ਸੰਭਵ ਕਰ ਦੇਣਗੇ ਮੈਂ ਆਪ ਨੂੰ ਦੱਸਾਂਗਾ ਕਿ ਜਾਪਾਨ ਨਿਕਾਜਾ ਹੋਣ ਕਰਕੇ ਤੇ ਸਭ ਤੋਂ ਵੱਡਾ ਕਾਰਨ ਉਸ ਦਾ ਨਿਕਾਜਾ ਹੋਣਾ ਹੈ ਨਾਲੇ ਸਦੀਆਂ ਦੀ ਆਰਟਿਸਟਿਕ ਉਨਰੀ ਸਭਿਅਤਾ ਦੀ ਨਿਗਰਮੰਦਰ ਦੀ ਉਸਾਰੀ ਹੋਣ ਕਰਕੇ ਤੇ ਸਦੀਆਂ થી ਇੱਕ ਉੱਚੀ ਅਬਿਆਸੀ ਸੁਰਤਿਆਂ ਨੇ ਪਰਸਨਲਿਟੀ ਨਾਲ ਵੱਡੇ ਹੋਣ ਕਰਕੇ ਉਹ ਬਿਜਲੀ ਵਾਂਗ ਉਸ ਕੌਮियत ਦੇ ਅੱਖਾਂ ਦੇ ਭੁਲੇਖੇ ਆਪਟੀਕਲ ਇਲੂਜਨ ਵਿੱਚ ਵੱਜੇ ਪਏ ਸਨ ਇੱਕ ਨਿਕਾਜਾ ਟੱਬਰ ਸੀ ਜਾਪਾਨ ਮਿਕਾਰੋ ਦਾ ਇੱਕ ਨਿੱਕਾ ਜਿਹਾ ਟੱਬਰ ਹੈ ਤੇ ਅਰਥਾਂ ਵਿੱਚ ਬੀ ਕੌਮ ਹੈ ਮਿਨਾਜ਼ੋ ਦੇ ਇੱਕ ਇੱਕ ਹੁਕਮ ਨੇ ਹੋਰ ਦੇ ਹੋਰ ਬਣਾ ਕਰੇ ਸੋਸ਼ਲ ਰਿਫਾਰਮ ਕੁਰੀਤियां ਕੁਰੈਤਾ ਤੇ ਕੌਮੀ ਕਮਜ਼ੋਰੀਆਂ ਨੂੰ ਇੱਕ ਪਾਦਸ਼ਾਹੀ ਫਰਮਾਨ ਨੇ ਇੱਕ ਦਿਨ ਵਿੱਚ ਨਿਰਮੂਲ ਕੀਤਾ ਜਨਾਨੀਆਂ ਨੂੰ ਜਾਪਾਨ ਨਹੀਂ ਸੀ ਪੜਾਉਂਦਾ ਹੋਰ ਏਸ਼ੀਆ ਦੀ ਕੌਮਾਂ ਵਾਂਗੂ ਪਰ 40 ਸਾਲ ਦੇ ਅੰਦਰ 86% ਦੀ ਲੜਕੀਆਂ ਅਖਰ ਹਾਰਕੌਮੀ ਹੋਰ ਦੇ ਹੋਰ ਕਰ ਦਿੱਤੇ ਜਦ ਸਭ ਮੁਲਕ ਨੇ ਇੱਕ ਹੁਕਮ ਵਿੱਚ ਬਜਟੁਰਨਾ ਹੋਇਆ ਘੜੀ ਦੋ ਘੜੀ ਲਈ ਨਹੀਂ ਸਾਲ ਦੋ ਸਾਲ ਨਹੀਂ ਸਦਾ ਲਈ 40 ਹੀ ਬਦਲ ਦੇਣੀ ਹੋਈ ਇੱਕ ਆਦਮੀ ਦੇ ਹੁਕਮ ਵਿੱਚ ਹੋਰ ਟਰ ਖਲੋਣਾ ਉਸ ਆਦਮੀਆਂ ਦੇ ਕੱਟ ਦੀ ਚਾਲ ਨੂੰ ਕੌਣ ਰੋਕ ਸਕਦਾ ਹੈ ਇੱਥੇ ਮੈਂ ਇਹ ਵੀ ਕਹਾਂਗਾ ਕਿ ਸਦੀਆਂ ਤੋਂ ਕੋਮਲ ਉਨਰਾਂ ਵਿੱਚ ਪੱਕੀ ਸੁਰਤ ਦੀ ਸਭਿਅਤਾ ਦੀ ਨਿਗਰ ਉਸਾਰੀ ਨੇ ਉਸ ਏਸ਼ੀਆ ਆਤਮਕ ਕੇਂਦਰ ਧਾਰਨ ਕਰਨ ਦੇ ਜੋ ਵਹਿਮ ਤੇ ਭਰਮ ਸਨ ਜੋ ਮਜ਼ਬਦ ਦੀਆਂ ਆਮ ਜ਼ਿੰਮੇਵਾਰੀਆਂ ਹੁੰਦੀਆਂ ਹਨ ਉਸ ਨਿਗਰ ਹੋਈ ਸੁਰਤ ਨੇ ਜਾਪਾਨ ਦੇ ਦਿਲਾਂ ਤੇ ਦਿਮਾਗਾਂ ਤੇ ਹੱਥਾਂ ਵਿੱਚ ਕੜ ਛੜੀਆਂ ਸਨ ਜਾਪਾਨ ਆਪਾ ਪਛਾਣ ਚੁੱਕਾ ਸੀ ਤੇ ਉਸ ਦਾ ਕੇਂਦਰ ਨਿਰავਿਧਕ ਜੇ خیال ਸਜੈਸ਼ਨ ਦੀ ਥਾਂ ਜੀਵਨ ਦੇ ਹਰ ਰੰਗ ਵਿੱਚ ਆ ਚੁੱਕਾ ਸੀ ਰਸ ਭਰ ਗਿਆ ਸੀ ਜਾਪਾਨ ਦੇ ਇੱਕ ਮੁੱਠੋ ਜਾਣਦਾ ਇਹ ਭੇਦ ਹੈ ਜਿਵੇਂ ਸਾਡੇ ਸਤਗੁਰਾਂ ਨੇ ਮਜ਼ਬ ਨੂੰ ਕੇਵਲ ਰਸ ਕੇਵਲ ਸਤੋਗੁਣ ਦੇ ਰਸਕ ਬੈਰਾਗ ਵਿੱਚ ਆਣ ਸ਼ੁੱਧ ਸਰੂਪ ਕੀਤਾ ਇਸੇ ਤਰ੍ਹਾਂ ਜਾਪਾਨ ਵਿੱਚ ਸਦੀਆਂ ਦੀ ਨਿਗਰ ਉਸਾਰੀ ਨੇ ਮਜ਼ਬ ਨੂੰ ਕੋਮਲ ਅਨਰ ਦੇ ਪੱਕੇ ਜੀਵਨ ਆਰਟਿਸਟਿਕ ਲਾਈਫ ਵਿੱਚ ਕਾਰੀਗਰ ਹੁਨਰੀ ਜੀਵਨ ਕਰ ਦਿੱਤਾ ਇਹ ਖਾਸ ਇਸ ਵਜ੍ਹਾ ਕਰਕੇ ਮਜ਼ਮਦੀਆਂ ਤੰਗੀਆਂ ਤੇ ਵਹਿਮਾਂ ਤੇ ਭਰਮਾਂ થી ਜਿਨ੍ਹਾਂ ਨੂੰ ਕੱਢਣ ਲਈ ਹਿੰਦੁਸਤਾਨ ਦੀ ਇੱਕ ਇੱਕ ਮਜ਼ਮਦੀ ਜਮਾਤ ਵਿੱਚ ਸਦੀਆਂ ਦੇ ਵਕਤ ਤੇ ਕੁਰਬਾਨੀਆਂ ਦੀ ਲੋੜ ਹੈ ਉਥੇ ਜਾਪਾਨ ਸਾਰੇ ਨੂੰ ਆਜ਼ਾਦ ਕੀਤਾ ਇੱਥੇ ਸਿੱਖ ਨੂੰ ਸਤਿਗੁਰੂ ਨੇ ਉਸ ਰੰਗ ਤੇ ਪਿਆਰ ਰਸ ਭਰੇ ਦਿਲ ਵਿੱਚ ਸਿੰਝੇ ਮਨ ਤੇ ਤਨ ਤੇ ਉਹਨਾਂ ਦੀ ਸਾਂਝੀ ਕਰਤਾਰੀ ਸਜਾਈ ਕਰਤਾਰਤਾ क्रिएटिव लेबर न भरे सेवा द्वारा वहम रूप मजहब थी आजाद किया असी पूरे अर्थ बजे एक जापान वर्गी नवी कौम बनाए गए वहम एक टबरी कौम उसी तरह एक सोमे न जकड़ी बनाए गए ਇਹ ਮੁਲਕ ਇਹ ਵਹਿਮ ਜਾਤਾ ਪਾਤਾ ਮਾਰਿਆ ਹਿੰਦੁਸਤਾਨ ਜਿਹੜਾ ਹਾਲੇ ਤੱਕ ਇਹ ਫੈਸਲਾ ਨਹੀਂ ਕਰ ਸਕਿਆ ਕਿ ਕੁਲ ਸੋਸ਼ਲ ਰਿਫਾਰਮ ਯਾਨੀ ਜਾਤੀ ਸੁਧਾਰ ਦਾ ਪ੍ਰੋਗਰਾਮ ਇੱਕ ਦਿਨ ਵਿੱਚ ਪੂਰਨ ਕਰਨਾ ਕੋਈ ਕਠਨ ਗੱਲ ਨਹੀਂ ਆਪਣੀ ਵਿਧਵਾ ਬੱਚੀਆਂ ਦੇ ਮੜ ਵਿਵਹਾ ਦਾ ਫੈਸਲਾ ਨਹੀਂ ਕਰ ਸਕਿਆ ਈਸ਼ਰ ਚੰਦ ਵਿਦਿਆ ਸਾਗਰ ਜਿਹਾ ਜਾਣਾ ਇਸ ਵਹਾ ਦੇ ਕੱਢਣ ਲਈ ਖਾ ਚੁੱਕਿਆ ਹੈ ਉਹ ਮੁਲਕ ਜਿਹੜਾ ਇਹ ਨਿੱਕੀ ਜਿਹੀ ਗੱਲ ਕਰਨ ਲਈ ਇਨਾ ਵਕਤ ਲੈਂਦਾ ਹੈ ਉਹ ਮੁਲਕ ਜਿਸ ਦਾ ਮਜ਼ਹਬ ਹਾਲੇ ਵੀ ਰਸੋਈ ਨਾਲ ਬੱਜਾ ਪਿਆ ਹੈ ਭਾਵੇਂ ਵਿਵੇਕਾਨੰਦ ਸਵਾਮੀ ਜੇ ਉੱਚੇ ਲੋਕ ਇਹਨਾਂ ਨੂੰ ਵੰਗਾਰ-ਵੰਗਾਰ ਇਹਨਾਂ ਦੇ ਵਹਿਮਾਂ ਨੂੰ ਨੰਗਾ ਕਰ ਗਏ ਉਸ ਵਿੱਚ ਕੌਮ ਹਨ ਜੋ ਜਾਪਾਨ ਵਰਗੀ ਥਿਰੋਈ ਕੌਮियत ਦੇ ਸੁਪਨੇ ਲੈ ਰਹੇ ਹਨ ਜਿੱਥੇ ਵੱਡੇ-ਵੱਡੇ ਰੂਹਾਨੀ ਪੈਗੰਬਰ ਤੇ ਰਹਿਬਰ ਕੌਮਾਂ ਦੇ ਕਰਤਾਰ ਇੰਨੇ ਵੱਡੇ ਮੁਲਕ ਨੂੰ ਇੱਕ ਜਫੀ ਵਿੱਚ ਲੈਣ ਦਾ ਹਿਆਨਾ ਕਰ ਸਕੇ ਇਹ ਪੜੇ ਲਿਖੇ ਕੀ ਕਰ ਰਹੇ ਹਨ ਤੇ ਮੁੜ ਦੇਖੋ ਪੰਜਾਬ ਦੀਆਂ ਭੈਣਾਂ ਦੇ ਦਿਲਚੀਰਵੇਂ ਵੇਣ ਆਪਣੇ ਬੰਗਾਲ ઠાਕੇ ਦੇ ਲੋਕਾਂ ਤੇ ਕੋਈ ਅਸਰ ਨਹੀਂ ਪਾ ਸਕਦੇ ਪੰਜਾਬੀ ਬੋਲੀ ਵਾਲੇ ਬੰਗਾਲੀ ਬੋਲ ਦੇ ਅਸਰ ਨੂੰ ਅਣਜਾਣ ਨਹੀਂ ਕਰ ਸਕਦੇ ਪੰਜਾਬ ਬੰਗਾਲ ਮਿਲ ਨਹੀਂ ਸਕਦੇ ਹਿੰਦੁਸਤਾਨ ਦੀ ਵੱਖਰੀ ਵੱਖਰੀ ਕੌਮ ਆਪਣੇ ਸੋਰਸ ਇਨਸਪੀਰੇਸ਼ਨ ਇਲਹਾਮ ਦੇ ਸੋਮੇ થી ਕਦੀ ਜੁਦਾਨੇ ਕੀਤੀ ਜਾ ਸਕਦੀ ਤੇ ਰਾਜਪੂਤ ਨੂੰ ਆਪਣੇ ਕਲੈਨ ਦੇ ਇਨਸਪੀਰੇਸ਼ਨ ਯਾਨੀ कौमी जोश थी कट किसी दूजे होर किसी न जोड़िया जा सकता है औरंगजेब बादशाह ने बड़ी स्याणप की जब आप चाहते सारा मुल्क एक हो जाए अगर उस वे हो जाते तब तक शायद अजक हिंदुस्तान की कौमीयत अमली रंग कुछ फिरता पर राजपूत अपनी बरादरी दे इतिहास यानी जाति जोश इंस्पीरेशन थी तो ना तोड़े जा सके तो मरहटे पत्थर दी, दीवार वाग खड़े हो गए ਜਿਸ ਤੇ ਲਗ ਲਗ ਮੁਗਲ Empire ਟਕਰਾ ਮਾਰ ਕੱਚੇ ਭਿੰਡੇ ਦੀ ਵਾਂਗ ਟੁੱਟ ਗਈ ਔਰੰਗਜ਼ੇਬ ਦੀ ਇਹ ਪੁਲ ਸੀ ਕਿ ਉਹ ਮਸਬਾ ਨੂੰ ਜ਼ੁਲਮ ਨਾਲ ਭੰਕੇ ਕਰ ਲੈਣਾ ਚਾਹੁੰਦਾ ਸੀ ਸੋ ਟੁੱਟ ਕੇ ਰਹਿ ਗਿਆ ਹਾਂਜੀ ਔਰੰਗਜ਼ੇਬ ਦੀ ਪੁਲ ਇਹ ਸੀ ਕਿ ਉਹ ਮਸਬਾ ਨੂੰ ਜ਼ੁਲਮ ਨਾਲ ਭੰਕੇ ਇੱਕ ਕਰ ਲੈਣਾ ਚਾਹੁੰਦਾ ਸੀ ਸੋ ਟੁੱਟ ਕੇ ਰਹਿ ਗਿਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ